ਉਧਰ ਨਾਭਾ ਪੁਲਿਸ ਨੇ ਵੀ ਖਤਰਨਾਕ ਗੈਂਗਸਟਰ ਕਾਲੀ ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਭਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਵਿੱਚ ਬੰਦ ਗੈਂਗਸਟਰ ਕਾਲੀ ਦੇ ਜਮਾਨ ਤੇ ਰਿਹਾ ਹੋਣ ਤੇ ਉਸ ਦੇ ਸਾਥੀ ਉਸ ਨੂੰ ਲੈਣ ਆਏ ਸਨ, ਜਿੱਥੇ ਪੁਲਿਸ ਨੇ ਉਹਨਾਂ ਨੂੰ 312 ਬੋਰ ਦੀ ਦੇਸੀ ਪਿਸਤਲ, 6 ਜਿੰਦਾ ਕਾਰਤੂਸ ਦੇ ਕਾਰ ਸਣੇ ਕਾਬੂ ਕਰ ਲਿਆ। ਫਿਲਹਾਲ ਦੋਵਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਥਾਣਾ ਬੋਹਾ ਜ਼ਿਲ੍ਹਾ ਮਾਨਸਾ ਅਤੇ ਸੰਦੀਪ ਕੁਮਾਰ ਉਰਫ ਸੈਂਡੀ ਮੋਹਾਲੀ ਵਜੋਂ ਹੋਈ ਹੈ। ਇੱਥੇ ਇੱਕ ਗੈਂਗਸਟਰ ਬਰਿੰਦਰ ਕਾਲੀ ਹੈਗਾ, ਮੋਹਾਲੀ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਅਤੇ ਉਹਦੀ ਅੱਜ ਜ਼ਮਾਨਤ ਹੋਣੀ ਸੀ ਅਤੇ ਉਹਨੂੰ ਇਹ ਰਿਸੀਵ ਕਰਨ ਵਾਸਤੇ ਆਏ ਸੀ, ਅਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਇਹ ਵੀ ਗੈਂਗ ਨਾਲ ਸੰਬੰਧ ਰੱਖਦੇ ਨੇ ਅਤੇ ਇਹਨਾਂ ਕੋਲ ਕੋਈ ਵੈਪਨ ਹੈਗੇ ਨੇ, ਅਤੇ ਸੀਕ੍ਰੇਟ ਇਨਫੋਰਮੇਸ਼ਨ 'ਤੇ ਨਾਕਾਬੰਦੀ ਕੀਤੀ ਇਹ ਅਸੀਂ ਸ਼ਿਵਦੇਵ ਨੇ, ਅਤੇ ਇਹਨਾਂ ਕੋਲੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ 315 ਬੋਰ ਅਤੇ 6 ਕਾਟਰੇਜ।